ਇਹ ਇੱਕ ਬਹੁਤ ਹੀ ਸਾਧਾਰਨ ਅਤੇ ਆਕਰਸ਼ਕ ਚੁੰਬਕੀ ਖਿਡੌਣਾ ਹੈ ਅਤੇ ਤੁਹਾਨੂੰ ਕੁਝ ਰਿੰਗ ਚੁੰਬਕ, ਇੱਕ ਕਾਰਡ ਦੀ ਡਿਸਕ, ਸਟਰਾਅ, ਕੁਝ ਸਕੈਚ ਪੈਨ, ਇੱਕ ਪਲਾਸਟਿਕ ਸਕੇਲ ਦੀ ਲੋੜ ਪਏਗੀ। ਇੱਕ ਸਖਤ ਸਟਰਾਅ ਨੂੰ 3 ਰਿੰਗ ਚੁੰਬਕਾਂ ਵਿੱਚ ਫਸਾਓ। ਇੱਕ ਸਖਤ ਕਾਰਡ ਦਾ 10 ਸੈਂਟੀਮੀਟਰ ਵਿਆਸ ਦਾ ਇੱਕ ਚੱਕਰ ਲਓ ਅਤੇ ਇੱਕ ਪੱਖੇ ਦਾ ਆਕਾਰ ਬਣਾਓ। 8 ਬਲੇਡ ਕੱਟੋ, 90 ਡਿਗਰੀ ਕੋਣ 'ਤੇ ਮੋੜਦਿਆਂ ਉਸ ਨੀਲੀ ਰੇਖਾ ਅਨੁਸਾਰ ਮੋੜੋ। ਇਸ ਨਾਲ ਇੱਕ ਕੁਸ਼ਲ ਪੱਖਾ ਬਣ ਜਾਵੇਗਾ। ਇੱਕ ਪਲਾਸਟਿਕ ਸਕੇਲ 3 ਚੁੰਬਕਾਂ ਨਾਲ ਚਿਪਕਾਓ, 3 ਨੀਚੇ ਅਤੇ 3 ਉੱਪਰ। ਸਟਰਾਅ ਚੁੰਬਕ ਨੂੰ ਸਕੇਲ ਦੇ ਚੁੰਬਕ ਨਾਲ ਜੋੜੋ ਅਤੇ ਪੂਰੀ ਰਚਨਾ ਕਰੋ। ਹੁਣ ਪੱਖੇ ਥੱਲੇ ਕਰਨ ਨਾਲ ਇਹ ਪ੍ਰੋਪੈਲਰ ਘੁੰਮੇਗਾ ਅਤੇ ਚੁੰਬਕਾਂ ਕਰਕੇ ਗੋਲ ਗੋਲ ਚੱਲੇਗਾ। ਕਾਰਡ ਪੱਖਾ ਘੁੰਮੇਗਾ ਵੀ ਅਤੇ ਗੋਲਾਕਾਰ ਵੀ ਚੱਲੇਗਾ। ਇਹ ਬਣਾਉਣਾ ਬਹੁਤ ਹੀ ਆਸਾਨ ਹੈ ਅਤੇ ਬਹੁਤ ਖੂਬਸੂਰਤ ਲੱਗਦਾ ਹੈ।